सत श्री अकाल जी। तुसी देख रहे हो अजीत टीवी ते, मैं नायब सिंह सिद्धू। जिथे कि नशे का ना रुकता नहीं दिखाई दे रहा, अते ए हर रोज़ कोई ना कोई नौजवान जिहड़ा इस दी भेट चढ़ जांदा गा। अज फिर बठिंडा विच एक नौजवान दी नशे कारण मौत हो गई। थाणा संगत अधीन पिंड पक्का कलां दा यह 22 साल नौजवान सीगा, जिहड़ा कि कल्ला ही सीगा अते एक किसदे पिंड सी। ए कुछ समय तो नशा पत्ता कर लग गया सी, जिस कारण अज इस दी खेतां विच्चों लाश मिली हैगी। तो दसण वाला ने दस्या कि इस कोलों चिट्टे दी भी पुड़ी मिली हैगी। उन्हां दे पिता ने भी कहा कि यह गोलियां जरूर खांदा सी, पर चिट्टा जां होर सानू नहीं पता। पर पता लग्या कि इहदी नशे कारण मौत हो गई। अते सुबह इस दी डडोबडी का पता लग्या तां पुलिस ने सहारा क्लब रामा मंडी के सहयोग नाल इस नूं बठिंडा के सिविल अस्पताल की मोचरी विच पहुँचाया। की नाम है जी? विक्रमजीत सिंह, PhD। किहड़ा थाना जी? संगती। तो डेड बॉडी लेके आए, कित्थों मिली है ते कित्थे लैंदे हो? पक्के पिंड तो मिली जी। कोई नाम पता लगे की है? हाँ जी हाँ जी। की नाम जी? इहदा नाम जी अपना लाडी राम है जी। किन्नी उम्र है तकरीबन? 22 साल जी। ਤੇ ਪਤਾ ਲੱਗਾ ਵੀ ਕੀ ਕਾਰਨ ਕੀ ਹੋਇਆ ਜਾਂ ਕੋਈ ਨਸ਼ੇ ਦਾ ਟਿੱਟੇ ਟੁੱਟਾ ਲਾਉਂਦਾ ਸੀ ਜੀ, ਉਹਦਾ ਕਰਕੇ? ਤੇ ਹੁਣ ਕਿੱਥੇ ਲਿਆਉਂਦੀ ਹੈ ਜੀ? ਸਿਵਲ ਹਸਪਤਾਲ ਲਿਆਉਂਦੀ ਹੈ। ਬੂਟਾ ਸਿੰਘ ਹੈ ਜੀ, ਕਿੱਥੇ ਕੰਮ ਕਰਦਾ? ਕੀ ਕਰਦਾ? ਰਾਮਾ ਮੰਡੀ ਸਹਾਰਾ ਕਲੱਬ ਤੇ ਪਾਈਲਟ ਆ ਜੀ। ਹਾਂਜੀ। ਇੱਕ ਅੱਜ ਜਿਹੜੀ ਡੈਡ ਬੋਡੀ ਲੈ ਕੇ ਆਏ, ਕਿੱਥੇ ਲੈ ਕੇ ਆਏ? ਤੜਕੇ ਸੁਦਾ ਸੁਪਨਾ ਆਈ ਸਾਨੂੰ ਜੀ, ਸੰਗਤ ਮੰਡੀ ਥਾਣਾ SI। ਉਹਨੇ ਫੋਨ ਕੀਤਾ ਸਾਡੇ ਪ੍ਰਧਾਨ ਨੂੰ, ਪ੍ਰਧਾਨ ਨੇ ਕਿਹਾ ਸਾਨੂੰ ਫੋਨ ਕੀਤਾ। ਡੈਡ ਬੋਡੀ ਪਈ ਸੀ ਉੱਥੇ ਆਪਣੇ ਖੇਤਾਂ 'ਚ ਜੀ, ਉੱਥੋਂ ਚੱਕ ਕੇ ਅਸੀਂ ਇੱਥੇ ਲਿਆ ਜੀ, ਬਠਿੰਡਾ ਸਿਵਲ ਹਸਪਤਾਲ 'ਚ। ਕੋਈ ਸ਼ਨਾਖਤ ਹੋਈ ਹੈ ਕਿ? ਹਾਂਜੀ, ਸ਼ਨਾਖਤ ਹੋ ਗਈ। ਕੀ ਮਿਲਿਆ ਇਹਦੇ ਕੋਲੋਂ? ਮਿਲਿਆ ਇਹਦੇ ਕੋਲ ਪ੍ਰੂਫ ਨਹੀਂ ਮਿਲਿਆ, ਤਾਂ ਮਾਂ ਪਿਓ ਕੋਲ ਹੈ ਜੀ। ਨਹੀਂ ਹੋਰ ਇਹਦੇ ਕੋਲੋਂ ਕੋਈ ਨਸ਼ੇ ਵਾਲੀ ਮਸ਼ੀਨ? ਨਸ਼ੇ ਵਾਲੀ ਚੀਜ਼ ਕੁਛ ਨਹੀਂ ਮਿਲੀ ਜੀ। ਕੀ ਨਾਂ ਹੈਗਾ ਇਹਦਾ ਕੋਈ ਦੱਸੋ? ਨਾਂ ਇਹਦਾ ਕੀ ਸੀ? ਲਾਡੀ ਨਾਮ ਸੀ। ਉਮਰ ਕਿੰਨੀ ਕੁ ਤੱਕ? ਉਮਰ ਮੰਨ ਕੇ 22 ਸਾਲ ਦੀ ਹੈ ਜੀ। ਹੁਕਮ ਚੰਦ ਹੈ ਜੀ। ਕਿਹੜਾ ਪਿੰਡ ਹੈ ਜੀ? ਪੱਕਾ ਕਲਾ। ਅਤੇ ਕੀ ਗੱਲ ਹੋਈ ਹੈਗੀ ਤੁਹਾਡੇ ਬੇਟੇ ਨੂੰ? ਇਹ ਜੀ ਕੁਝ ਪਤਾ ਹੀ ਨਹੀਂ, ਸਮਝ ਤੋਂ ਬਾਹਰ ਆ। ਕੱਲ੍ਹ 10 ਵਜੇ ਦਾ ਗਾਇਬ ਹੈ ਇਹ, ਹੁਣ ਤੜਕੇ ਖਬਰ ਮਿਲੀ ਹੈ ਇਹਦੀ ਮੌਤ ਦੀ। ਕੋਈ ਨਸ਼ਾ ਨੁਸ਼ਾ ਕਰਦਾ ਸੀ ਜਾਂ ਕੋਈ ਹੋਰ ਕਾਰਨ ਹੈ ਜੀ? ਇਹਦਾ ਗੋਲੀਆਂ ਗਾਲੀਆਂ ਤਾਂ ਨਿਕਲੀਆਂ ਮੁਲਾਜ਼ਮਾਂ ਕੋਲ। ਅਤੇ ਕੋਈ ਹੋ ਸਕਦਾ ਜੀ? ਮੈਂ ਤਾਂ ਹੁਣ ਦੇਖਿਆ ਨਹੀਂ, ਮੈਨੂੰ ਤਾਂ ਤੜਕੇ ਪਤਾ ਲੱਗਿਆ। ਪਹਿਲਾਂ ਲਾਉਂਦਾ ਸੀਗਾ ਕੁਛ? ਗੋਲੀਆਂ ਗਾਲੀਆਂ ਹੀ ਖਾਂਦਾ ਹੁੰਦਾ ਸੀ। ਕਿੰਨੇ ਕੁ ਚਿਰ ਤੋਂ? ਇਹ ਸਾਲਕ ਤੋਂ ਹੀ ਖਾਣ ਲੱਗਿਆ। ਬੱਚੇ ਬੱਚੇ ਕਿੰਨੇ? ਇੱਕ ਗੁੱਡੀਆ। ਇਹ ਇਕੱਲਾ ਹੀ ਸੀ ਤੁਹਾਡਾ ਲੜਕਾ ਕਿ ਹੋਰ ਵੀ? ਇੱਕ ਗੁੱਡੀ ਹੈ ਮੇਰੀ, ਇੱਕ ਲੜਕਾ ਇੱਕ ਲੜਕੀ। ਸੁਰਜੀਤ ਹੈ ਜੀ। ਕਿਹੜਾ ਪਿੰਡ? ਪੱਕਾ ਕਲਾ ਜੀ। ਅਤੇ ਕੀ ਗੱਲ ਹੋਈ ਜਿਹੜੇ ਡੈਡ ਬੋਡੀ? ਇਹ ਤਾਂ ਜੀ ਖੇਤੋਂ ਚੱਕ ਲਿਆ, ਚਿੱਟਾ ਪੀਂਦਾ ਜੀ ਇਹ। ਅਤੇ ਚਿੱਟਾ ਮਿਲਿਆ ਵੀ ਹੈ ਜੀ ਇਹਦੇ ਕੋਲੋਂ, ਗੋਲੀਆਂ ਮਿਲੀਆਂ। ਇਹ ਖੇਤੋਂ ਚੱਕ ਲੈ ਕੇ ਆਇਆ ਚਿੱਟਾ। ਜਿਹੜਾ ਕੋਈ ਸਰਿੰਜ ਸੀਗੀ ਜਾਂ ਕਾਸੇ? ਨਾ ਉਹ ਸੀਗਾ ਜੀ ਕਾਗਜ਼। ਹਾਂਜੀ। ਅਤੇ ਪਹਿਲਾਂ ਤਾਂ ਲਾਉਂਦਾ ਸੀ? ਨਹੀਂ, ਪਹਿਲਾਂ ਨਹੀਂ, ਮੈਂ ਤਾਂ ਉਹ ਲਿਆ ਸੀ ਇਸ ਬੰਦੇ ਨਾਲ, ਮੱਝ ਹੀ ਗਿਆ ਸੀਗਾ ਜੀ ਇਹਨਾਂ ਕੋਲ, ਇਹਦੇ ਪਿਓ ਨਾਲ ਲਿਆ ਸੀਗੀ ਮੇਰੇ ਤਾਂ। ਤਾਂ ਕਰਕੇ ਸ਼ੱਕ ਵੀ ਹੈ ਵੀ ਇਹਦੇ ਨਾਲ ਹੋਰ ਵੀ ਸੀਗੇ, ਇਕੱਲਾ ਹੀ ਸੀ? ਨਹੀਂ, ਆਪਾਂ ਨਹੀਂ ਕਹਿ ਸਕਦੇ ਜੀ ਇਹ। ਬਠਿੰਡਾ ਤੋਂ ਅਜੀਤ ਟੀਵੀ ਲਈ ਨਰ ਸਿੰਘ ਸਿੱਧੂ ਦੀ ਰਿਪੋਰਟ। ਆ ਲੈ ਚੂਰੀ ਬੰਨ ਦਿੱਤੀ ਹੈ, ਗਰਮ ਗਰਮ ਰੋਟੀ ਤੇ ਦਾਲ ਲਈ ਬੰਤੇ ਨੂੰ ਦੁਪਹਿਰੇ ਘਰ ਭੇਜ ਦੇਵੀ। ਤੇ ਬੇਬੇ ਮੇਰੀ ਰੋਟੀ ਆ ਪਈ ਹੈ ਮੰਜੇ ਤੇ। ਠੀਕ ਹੈ। ਤੰਤੋ? ਹਾਂ। ਰੱਬ ਸਦਾ ਸਲਾਮਤ ਰੱਖੇ ਬਾਦਲ ਨੂੰ। ਸਸਤਾ ਆਟਾ ਤੇ ਦਾਲ ਦਵਾ ਕੇ ਸਾਨੂੰ ਗਰੀਬਾਂ ਨੂੰ 2 ਜੂਨ ਦੀ ਰੋਟੀ ਪੱਕੀ ਕਰ ਦਿੱਤੀ। ਆਟਾ ਦਾਲ ਸਕੀਮ ਨਾਲ ਅਸੀਂ ਭੁੱਖੇ ਨਹੀਂ ਸੋਏ ਕਦੇ। ਐਤਕੀ ਵੋਟ ਬਾਦਲ ਨੂੰ ਹੀ ਪਾਉਣੀ ਹੈ, ਗਲਤੀ ਨਾ ਕਰੀਏ ਇਸ ਵਾਰ। ਵੋਟ ਪਾਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।